ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 22 ਨਵੰਬਰ ਦੀ ਮਾਰਨਿੰਗ ਸਲਾਈਡ ਪਿੱਛੇ ਆਪਾਂ ਕੱਲ ਕੀਤੀ ਸੀਗੀ 21 ਨਵੰਬਰ ਦੀ ਮਾਰਨਿੰਗ ਸਲਾਈਡ ਤੇ ਇਸ ਤੋਂ ਪਿੱਛੇ ਵੀ ਡੇ ਬਾਈ ਡੇ ਦੀਆਂ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਜੇ ਕਿਸੇ ਦਿਨ ਦੀ ਕੋਈ ਮਾਰਨਿੰਗ ਸਲਾਈਡ ਨਹੀਂ ਦੇਖੀ ਤਾਂ ਜਰੂਰ ਜਾ ਕੇ ਦੇਖ ਲਓ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਬੁੱਧਵਾਰ ਅੱਜ ਦੀ ਮਿਤੀ 22 ਨਵੰਬਰ 2023 ਪਿਆਰੇ ਬੱਚਿਓ ਅੱਜ ਦਾ ਵਿਚਾਰ ਅੱਜ ਦਾ ਵਿਚਾਰ ਹੈ ਕਿਤਾਬ ਇੱਕ ਅਜੇਹੀ ਸੁਗਾਤ ਹੈ ਜਿਸ ਨੂੰ ਵਾਰ-ਵਾਰ ਖੋਲਿਆ ਜਾ ਸਕਦਾ ਹੈ ਤਾਂ ਪਿਆਰੇ ਬੱਚਿਓ ਦੇਖੋ ਕਿਤਾਬ ਇੱਕ ਅਜੇਹੀ ਸੁਗਾਤ ਦਾ ਮਤਲਬ ਆਪਣੇ ਕੋਲ ਕਿਤਾਬ ਹੈਗੀ ਹੈ ਕਿਤਾਬ ਦੇ ਵਿੱਚੋਂ ਆਪਾਂ ਜਦੋਂ ਵੀ ਇਹਨੂੰ ਖੋਲਾਂਗੇ ਜਦੋਂ ਵੀ ਆਪਾਂ ਇਹਨੂੰ ਪੜ੍ਹਾਂਗੇ ਆਪਾਂ ਨੂੰ ਹਰ ਵਾਰ ਇਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਹਮੇਸ਼ਾ ਹੀ ਕੁਝ ਨਾ ਕੁਝ ਗਿਆਨ ਦੀਆਂ ਗੱਲਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਰਹਿੰਦੀਆਂ ਹੋਰ ਆਪਾਂ ਕੋਈ ਤੋਹਫਾ ਜਾਂ ਆਪਾਂ ਨੂੰ ਸੁਗਾਤ ਮਿਲਦੀ ਹੈ ਉਹ ਆਪਾਂ ਖਾ ਕੇ ਖਤਮ ਕਰ ਦਿੰਨੇ ਆ ਜੋ ਇੱਕੋ ਸਮੇਂ ਤੋਂ ਬਾਅਦ ਉਹ ਖਤਮ ਹੋ ਜਾਂਦੀ ਹੈ ਪਰ ਕਿਤਾਬ ਇੱਕ ਇਹੋ ਜਿਹੀ ਸੁਗਾਤ ਹੈ ਜਿਹਨੂੰ ਆਪਾਂ ਜਿੰਨੀ ਵਾਰ ਖੋਲਾਂਗੇ ਓਨੀ ਵਾਰ ਆਪਾਂ ਨੂੰ ਹੋਰ ਤੋਂ ਹੋਰ ਗਿਆਨ ਮਿਲਦਾ ਜਾਊਗਾ ਇਨੂੰ ਜਿੰਨੀ ਵਾਰ ਖੋਲਾਂਗੇ ਓਨੀ ਵਾਰ ਆਪਾਂ ਨੂੰ ਗਿਆਨ ਮਿਲੇਗਾ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਅੱਜ ਦੇ ਕੁਐਸਚਨਾਂ ਦੀ ਪਹਿਲਾ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਤਾਂ ਆਪਾਂ ਕੱਲ ਗੱਲ ਕੀਤੀ ਸੀ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਅੱਜ ਦਾ ਕੁਐਸਚਨ ਹੈ ਉਹਨਾਂ ਦੇ ਮਾਤਾ ਪਿਤਾ ਜੀ ਦਾ ਨਾਮ ਤੇ ਉਹਨਾਂ ਦੇ ਮਾਤਾ ਦਾ ਨਾਮ ਸੀਗਾ ਤ੍ਰਿਪਤਾ ਦੇਵੀ ਜੀ ਤੇ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਮਹਿਤਾ ਕਾਲੂ ਜੀ ਤੇ ਉਹਨਾਂ ਦਾ ਜਿਹੜਾ ਨਾਮ ਮਹਿਤਾ ਕਲਿਆਨ ਦਾਸ ਜੀ ਵਿਕੇ ਤੇ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਅਗਲਾ ਕੁਐਸਚਨ ਭਾਰਤ ਵਿੱਚ ਮਤਦਾਤਾ ਬਣ ਲਈ ਘੱਟੋ-ਘੱਟ ਉਮਰ ਕਿੰਨੀ ਹੈ? ਤਾਂ ਪਿਆਰੇ ਬੱਚਿਓ ਪਹਿਲੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਮਤਦਾਤਾ ਕੀ ਹੁੰਦਾ ਹੈ? ਮਤਦਾਤਾ ਉਹ ਹੁੰਦਾ ਹੈ ਵੀ ਜਿਹੜਾ ਵੋਟ ਪਾ ਸਕਦਾ ਹੈ। ਤੇ ਭਾਰਤ ਦੇ ਵਿੱਚ ਜਦੋਂ ਤੁਹਾਡੀ 18 ਸਾਲ ਉਮਰ ਹੋ ਜਾਂਦੀ ਹੈ ਫਿਰ ਤੁਹਾਡੀ ਵੋਟ ਬਣ ਜਾਂਦੀ ਹੈ ਤੁਸੀਂ ਮਤਦਾਤਾ ਬਣ ਜਾਂਦੇ ਹੋ। ਠੀਕ ਹੈ? ਉਹਦੇ ਵਾਸਤੇ ਉਮਰ ਕਿੰਨੀ ਹੈ? 18 ਸਾਲ। ਅੱਗੇ ਤੁਹਾਡੇ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ ਤਾਂ ਹਰ ਇੱਕ ਜਿਹੜੇ ਟੀਚਰਸ ਨੇ ਉਹ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਜ਼ਿਲ੍ਹੇ ਦੀਆਂ ਤਹਿਸੀਲਾਂ ਦੱਸਣਗੇ ਜਿੱਦਾਂ ਸਾਡੇ ਜਲੰਧਰ ਜ਼ਿਲ੍ਹੇ ਦੇ ਵਿੱਚ ਆਪਾਂ ਤਹਿਸੀਲਾਂ ਦੀ ਗੱਲ ਕਰੀਏ ਤਾਂ ਪੰਜ ਤਹਿਸੀਲਾਂ ਹਨ ਜਲੰਧਰ 1 ਜਲੰਧਰ 2 ਸ਼ਾ ਕੋਟ ਨਕੋਦਰ ਤੇ ਫਲੋਰ ਇਹ ਜਿਹੜੀਆਂ ਪੰਜ ਤਹਿਸੀਲਾਂ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਅੱਗੇ ਹੈ ਜੀ ਸਰਲ ਕੋਨ ਦਾ ਮਾਪ ਕਿੰਨਾ ਹੁੰਦਾ ਹੈ ਤਾਂ ਪਿਆਰੇ ਬੱਚੋ ਸਰਲ ਕੋਣ ਜਿਹੜਾ ਆਪਾਂ ਕੱਲ ਗੱਲ ਕੀਤੀ ਸੀ ਸਮਕੋਣ ਦੀ ਸਮਕੋਣ ਤੋਂ ਬਾਅਦ ਸਰਲ ਕੋਣ ਦੀ ਕਰੀਏ ਤਾਂ ਬਿਲਕੁਲ ਸਿੱਧੀ ਰੇਖਾ ਜਿਹੜੀ 180 ਡਿਗਰੀ ਦੀ ਉਹਨੂੰ ਆਪਾਂ ਸਰਲ ਕੋਣ ਵੀ ਕਹਿੰਦੇ ਹਾਂ ਅਗਲਾ ਕੁਐਸਚਨ ਇਸ਼ਨਾਨ ਨਾ ਕਰਨ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਪਿਆਰੇ ਬੱਚੋ ਹੁਣ ਜਿਵੇਂ ਸਰਦੀ ਦਾ ਮੌਸਮ ਆ ਗਿਆ ਕਾਫੀ ਬੱਚੇ ਜਿਹੜੇ ਕੀ ਹੈ ਨਾ ਇਸ਼ਨਾਨ ਨਹੀਂ ਕਰਦੇ ਤੇ ਉਹਦੇ ਚ ਦੇਖੋ ਇਸ਼ਨਾਨ ਲੰਬਾ ਟਾਈਮ ਇਸ਼ਨਾਨ ਨਾ ਕਰਨ ਨਾਲ ਬਿਮਾਰੀਆਂ ਕਿਹੜੀਆਂ ਤੇ ਤੁਹਾਡੇ ਸਰੀਰ ਤੇ ਖਾਰਿਸ਼ ਹੋ ਜੇਗੀ ਚਮੜੀ ਦਾ ਰੋਗ ਹੋ ਜਾਂਦਾ ਹੈ ਜਿਆਦਾ ਦਿਨ ਆਪਾਂ ਜੇ ਸਿਰ ਨਹੀਂ ਨਾਵਾਗੇ ਤੇ ਸਿਰ ਦੇ ਵਿੱਚ ਸਿਕਰੀ ਬਣ ਜੂਗੀ ਵਾਲ ਝੜਨ ਲੱਗ ਜਾਣਗੇ ਇਸ ਤਰ੍ਹਾਂ ਦੀਆਂ ਕਾਫੀ ਬਿਮਾਰੀਆਂ ਜਿਹੜੀਆਂ ਇਸ਼ਨਾਨ ਨਾ ਕਰਨ ਨਾਲ ਹੋਣ ਲੱਗ ਜਾਂਦੀਆਂ ਨੇ ਤੇ ਅੱਜ ਕਰਦੇ ਹਾਂ ਬਾਕੀ ਆਪਾਂ ਇੰਗਲਿਸ਼ ਦੇ ਵਰਡ ਵਰਡ ਫਾਰ ਪ੍ਰੈਕਟਿਸ ਪਿਆਰੇ ਬੱਚੋ ਅੱਜ ਦਾ ਜਿਹੜਾ ਪਹਿਲਾ ਇੰਗਲਿਸ਼ ਦਾ ਵਰਡ ਹੈਗਾ ਉਹ ਹੈਗਾ ship S H I P ship ship ਕੀ ਹੁੰਦਾ ਹੈ ਸਮੁੰਦਰੀ ਜਹਾਜ਼ ਉਹਨੂੰ ਆਪਾਂ ਇੰਗਲਿਸ਼ ਕਹਿੰਨੇ ਆ ਸ਼ਿਪ ਦੂਸਰਾ ਆ ਗਿਆ ਸ਼ਾਪ S H O P ਸ਼ਾਪ ਸ਼ਾਪ ਕੀ ਹੁੰਦਾ ਹੈ ਦੁਕਾਨ ਤੀਸਰਾ ਸ਼ਰਟ S H I R T ਸ਼ਰਟ ਸ਼ਰਟ ਕੀ ਹੁੰਦਾ ਹੈ ਕਮੀਜ਼ ਹੁੰਦੀ ਹੈ ਜਿਹੜੀ ਸ਼ਰਟ ਤੁਸੀਂ ਵਰਦੀ ਦੇ ਵਿੱਚ ਪੈਂਟ ਸ਼ਰਟ ਉੱਪਰ ਵਾਲਾ ਜਿਹੜਾ ਆਪਾਂ ਕਮੀਜ਼ ਪਹਿਨਦੇ ਆ ਇੰਗਲਿਸ਼ ਦੇ ਵਿੱਚ ਆਪਾਂ ਕਹਿੰਨੇ ਆ ਸ਼ਰਟ ਅਗੇ ਸ਼ੂਜ਼ S H O E S ਸ਼ੂਜ਼ ਸ਼ੂਜ਼ ਕੀ ਹੁੰਦੇ ਆ ਜੁੱਤੇ ਅਗੇ ਕੀ ਹੋਗਾ ਸ਼ੇਡ S H A D E ਸ਼ੇਡ ਸ਼ੇਡ ਕੀ ਹੁੰਦਾ ਹੈ ਸ਼ਾਮ ਕਿਸੇ ਚੀਜ਼ ਦੀ ਸ਼ਾਂ ਆਪਣੀ ਖੁਦ ਦੀ ਇਨਸਾਨ ਦੀ ਵੀ ਇੱਕ ਸ਼ਾਂ ਹੁੰਦੀ ਹੈ ਤੇ ਇਹ ਸੀਗੇ ਅੱਜ ਦੇ ਇੰਗਲਿਸ਼ ਵਰਡ ਅੱਜ ਦੇ ਇੰਗਲਿਸ਼ ਵਰਡ ਵਿੱਚ ਕਾਮਨ ਕੀ ਹੈ S H ਸ਼ ਦੀ ਆਵਾਜ਼ ਆ ਜਾਂਦੀ ਹੈ S H ਸਾਰੇ ਵਿੱਚ ਕਾਮਨ ਕੀ ਹੈ S H ਇਹਨਾਂ ਚ ਕੀ ਆਵਾਜ਼ ਆਉਂਦੀ ਹੈ ਸ਼ ਦੀ ਤੇ ਇਹ ਸੀਗੀ ਅੱਜ ਦੀ ਮਾਰਨਿੰਗ ਸਲਾਈਡ ਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਜੇਕਰ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ WhatsApp ਜਿਹੜੇ ਬੱਚਿਆਂ ਦੇ ਗਰੁੱਪ ਬਣੇ ਹੋਏ ਐ ਉਹਨਾਂ 'ਚ ਜਰੂਰ ਸਲਾਈਡ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਬੱਚੇ ਘਰ ਤੋਂ ਹੀ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਨਾਲ ਕਰਕੇ ਆਉਣ ਥੈਂਕ ਯੂ ਜੀ